ਸੂਰਿਆ ਇਨਕਲੇਵ ਐਕਸਟੈਂਸ਼ਨ 'ਚ ਪੈਸੇ ਨਿਵੇਸ਼ ਕਰਨ ਵਾਲੇ ਲੋਕ ਪਰੇਸ਼ਾਨ। ਜਲੰਧਰ ਦੇ 94.97 ਏਕੜ ਸੂਰਿਆ ਇਨਕਲੇਵ ਐਕਸਟੈਂਸ਼ਨ ਵਿੱਚ ਆਪਣੇ ਪੈਸੇ ਨਿਵੇਸ਼ ਕਰਨ ਵਾਲੇ ਨਿਵੇਸ਼ਕ 2011 ਤੋਂ ਪਰੇਸ਼ਾਨ ਹਨ। ਆਪਣੇ ਪੈਸੇ ਨਿਵੇਸ਼ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਨਗਰ ਸੁਧਾਰ ਟਰੱਸਟ ਨੇ ਅਜੇ ਤੱਕ ਕਲੋਨੀ ਪੂਰੀ ਤਰ੍ਹਾਂ ਕੱਟ ਕੇ ਨਹੀਂ ਦਿੱਤੀ ਹੈ ਅਤੇ ਨਾ ਹੀ ਇੱਥੇ ਸੀਵਰੇਜ ਹੈ ਅਤੇ ਨਾ ਹੀ ਲਾਈਟਾਂ ਲੱਗੀਆਂ ਹਨ। ਜਦਕਿ ਕਲੋਨੀ ਵਿੱਚ ਦੇਖਣ ਵਾਸਤੇ ਅਤੇ ਨਿਸ਼ਾਨਦੇਹੀ ਲਈ ਵੀ ਉਹਨਾਂ ਨੂੰ ਜਲੰਧਰ ਨਗਰ ਸੁਧਾਰ ਟਰੱਸਟ ਅੱਗੇ ਕਈ ਸਾਲ ਖੱਜਲ ਖੁਆਰ ਹੋਣਾ ਪਿਆ ਹੈ। ਮੇਰਾ ਨਾਮ ਜਤਿੰਦਰ ਮੋਹਨ ਸ਼ਰਮਾ ਜੀ। ਮੈਂ ਸਰ ਜਲੰਧਰ ਇੰਪਰੂਵਮੈਂਟ ਟਰੱਸਟ ਤੋਂ 2011 ਦੇ ਵਿੱਚ ਪਲੋਟ ਲਿਆ ਸੀ 200 ਗਜ ਦਾ, 17,000 ਰੁਪਏ ਗਜ ਦੇ ਹਿਸਾਬ ਨਾਲ। ਇਸ ਕਲੋਨੀ ਦਾ ਨਾਂ 94.97 ਏਕੜ ਸੂਰਿਆ ਇਨਕਲੇਵ ਐਕਸਟੈਂਸ਼ਨ। ਅਤੇ ਉਦੋਂ ਸਾਨੂੰ ਦੱਸਿਆ ਗਿਆ ਸੀ ਕਿ 2014 ਦੇ ਵਿੱਚ ਤੁਹਾਨੂੰ ਪੋਜੈਸ਼ਨ ਦੇ ਦਿੱਤਾ ਜਾਏਗਾ। ਅਤੇ ਅਸੀਂ ਮੈਂ 200 ਗਜ ਦੇ ਪਲੋਟ ਦਾ ਤਕਰੀਬਨ 39.5 ਲੱਖ ਰੁਪਏ ਨੂੰ ਦਿੱਤਾ ਹੋਇਆ। ਉਸ ਤੋਂ ਬਾਅਦ 2014 'ਚ ਸਾਨੂੰ ਪਤਾ ਲੱਗਾ ਕਿ ਇੱਥੇ ਕਾਫੀ ਲੈਂਡ 'ਤੇ ਕੇਸ ਚੱਲ ਰਿਹਾ ਸੀ, ਸਟੇਅ ਲੱਗਾ ਹੋਇਆ ਸੀ ਹਾਈ ਕੋਰਟ ਦਾ। ਬੜਾ ਮਨ ਨੂੰ ਦੁੱਖ ਹੋਇਆ ਕਿ ਬੈਂਕ ਦੇ ਆਪਣੇ ਰਿਟਾਇਰਡ ਬੈਂਕ ਤੋਂ ਹੈ, ਪੰਜਾਬ ਨੈਸ਼ਨਲ ਬੈਂਕ ਤੋਂ, ਅਤੇ ਬੜਾ ਸਫ਼ਰ ਕੀਤਾ। ਪਰ 2015 'ਚ ਦਸੰਬਰ ਦੇ ਵਿੱਚ ਸਟੇਅ ਟੁੱਟ ਗਿਆ। ਇੰਪਰੂਵਮੈਂਟ ਟਰੱਸਟ ਨੇ 6 ਮਹੀਨੇ 'ਚ ਸਾਨੂੰ ਇੱਕ ਨਕਸ਼ਾ ਜਿਹਾ ਦਿਖਾ ਦਿੱਤਾ, ਸੜਕਾਂ 'ਤੇ ਮਿੱਟੀ ਮੁੱਟੀ ਪਾ ਦਿੱਤੀ ਕਿ ਇਹ ਜੀ ਕੰਮ ਹੁਣ ਸਾਨੂੰ ਕੁਛ ਉਮੀਦ ਕਰਨ ਜਾਗੀ ਕਿ ਹੁਣ ਕੰਮ ਹੋ ਜਾਏਗਾ। ਜੂਨ 16 ਤੋਂ ਬਾਅਦ ਕੰਮ ਜਿੱਥੇ ਦਾ ਸੀਗਾ ਉੱਥੇ ਦਾ ਉੱਥੇ ਠਹਿਰ ਗਿਆ। ਮਿਸਟਰ ਇੱਥੋਂ ਚੀਫ ਸੁਪਰਡੈਂਡਿੰਗ ਇੰਜੀਨੀਅਰ ਸੀ, ਉਹਨਾਂ ਦੀ ਪ੍ਰਮੋਸ਼ਨ ਹੋ ਕੇ ਚੰਡੀਗੜ੍ਹ ਚਲੇ ਗਏ ਅਤੇ ਉਸ ਤੋਂ ਬਾਅਦ ਕੰਮ ਬਿਲਕੁਲ ਠੱਪ ਹੋ ਗਿਆ। ਅੱਜ ਤੱਕ ਇਸ ਕਲੋਨੀ ਦੇ ਵਿੱਚ 4 ਸਾਲ ਸਾਨੂੰ ਪੈਸੇ ਦਿੱਤੇ ਹੋਏ ਤਕਰੀਬਨ 7 ਸਾਲ ਹੋ ਚੱਲੇ ਆ, ਨਾ ਸੀਵਰੇਜ, ਨਾ ਪਾਣੀ, ਨਾ ਬਿਜਲੀ ਦਾ ਕੁਨੈਕਸ਼ਨ ਹੈ। HDLT ਲਾਈਨਾਂ ਜਾ ਰਹੀਆਂ ਇੱਥੋਂ, ਸੜਕਾਂ ਕੋਈ ਨਹੀਂ ਬਣੀਆਂ ਇੱਥੇ। ਸਾਡੇ 100 ਗਜ ਦੇ ਪਲੋਟ ਅਤੇ 150 ਗਜ ਦੇ ਪਲੋਟ ਦੇ ਵਿੱਚ ਗੰਦ ਦੇ ਢੇਰ ਲੱਗੇ ਹੋਏ ਆ। ਉਹਦੇ ਲਈ ਅਸੀਂ ਚੱਕਰ ਟਰੱਸਟ ਆਫਿਸ ਦੇ ਚੱਕਰ ਲਾ ਲਾ ਕੇ ਸਾਡੇ ਜੁੱਤੀਆਂ ਘਸ ਗਈਆਂ। ਉਸ ਤੋਂ ਬਾਅਦ ਅਸੀਂ DC ਸਾਹਿਬ ਨੂੰ, ਅਸੀਂ MLA ਸਾਹਿਬ ਨੂੰ, ਅਸੀਂ ਚੰਡੀਗੜ੍ਹ ਜਾ ਕੇ ਆਪਣੇ ਮੁੱਖ ਮਾਨਯ ਮੰਤਰੀ ਸਾਹਿਬ ਨੂੰ, ਨਵਜੋਤ ਸਿੰਘ ਸਿੱਧੂ ਜੀ ਨੂੰ ਮਿਲ ਕੇ ਆਇਆ ਸੀ ਕਿ ਸ਼ਾਇਦ ਹੁਣ ਹੀ ਸਾਡਾ ਹੱਲ ਹੋ ਜਾਵੇ। ਪਰ ਉਹਨਾਂ ਨੂੰ ਮਿਲਣ ਵੀ ਸਾਨੂੰ 1 ਸਾਲ ਹੋ ਗਿਆ ਅਤੇ ਸਾਨੂੰ ਹਜੇ ਤੱਕ ਵੀ ਕੋਈ ਆਸ਼ਾ ਦੀ ਕਿਰਨ ਨਜ਼ਰ ਨਹੀਂ ਆ ਰਹੀ, ਕਿਉਂਕਿ ਜਿੱਥੇ ਸੀਵਰ ਹੈ ਨਹੀਂ, ਜਿੱਥੇ ਪਾਣੀ ਹੈ ਨਹੀਂ, ਜਿੱਥੇ ਲਾਈਟ ਹੈ ਨਹੀਂ, ਅਸੀਂ ਕੀ ਪੋਜੈਸ਼ਨ ਲੈ ਕੇ ਕਰਾਂਗੇ? ਸਾਨੂੰ ਕਹਿੰਦੇ ਪੋਜੈਸ਼ਨ ਲੈ ਲਓ, ਪੋਜੈਸ਼ਨ ਲੈ ਕੇ ਕੀ ਕਰਾਂਗੇ ਅਸੀਂ? ਨਿਸ਼ਾਨਦੇਹੀ ਲਈ ਇਹਨਾਂ ਨੂੰ 1 ਵਾਰ ਪੋਜੈਸ਼ਨ ਲਈ ਕਿਹਾ ਸੀ ਜੀ, ਜਿਸ ਤੱਕ ਮੈਨੂੰ ਯਾਦ ਆ। ਉੱਥੇ ਪਟਵਾਰੀ ਨੇ ਲਿਖਤਾ ਸੀ ਜੀ, ਕਲੀਅਰ ਨਹੀਂ ਆ, ਪਤਾ ਨਹੀਂ ਫਾਈਲ 'ਤੇ ਕੀ ਹੈ, ਹਜੇ ਤੱਕ ਨਾ ਨਿਸ਼ਾਨਦੇਹੀ ਦਿੰਦੇ ਆ ਉਹ। ਜਦੋਂ 100 ਗਜ ਵਾਲੇ ਜਾਂਦੇ ਆ ਬੰਦੇ, ਉੱਥੇ ਐਡੇ ਐਡੇ ਟੋਏ ਆ ਏਰੀਏ ਦਾ, ਸੂਰ ਨਹਾਉਂਦੇ ਆ ਉੱਥੇ, ਸੂਰਾਂ ਦਾ ਇੱਕ ਬੁੱਚੜਖਾਨਾ ਬਣਿਆ ਹੋਇਆ, ਮਤਲਬ ਉਹ ਜਿਹੜਾ 17,000 ਰੁਪਏ ਗੱਚ ਟਰੱਸਟ ਨੇ ਵੇਚਿਆ ਹੋਇਆ। ਉਹ ਸਾਡੇ ਇਹਦੇ ਇੱਕ ਹੋਰ ਹੈ, ਇਸ ਕਲੋਨੀ 'ਚ ਮੋਸਟਲੀ ਜਿਹੜੇ ਨਾ ਸੀਨੀਅਰ ਸਿਟੀਜ਼ਨ ਫਸੇ ਹੋਏ ਆ। 17,000 ਰੁਪਏ ਗੱਜ ਲੈ ਕੇ ਅੱਜ ਸਾਨੂੰ 1,700 ਰੁਪਏ ਗੱਜ ਵਾਲੀ ਸਹੂਲਤਾਂ ਨਹੀਂ ਮਿਲ ਰਹੀਆਂ ਇੱਥੇ। ਪਰ ਸਾਡੇ ਆ ਕਿ ਸਾਡੇ ਬੱਚਿਆਂ ਨੂੰ ਅਸੀਂ ਤਾਂ ਸਾਨੂੰ ਇੰਨਾ ਭੈੜਾ ਐਕਸਪੀਰੀਅੰਸ ਹੋਇਆ ਕਿ ਪ੍ਰਾਈਵੇਟ ਬਿਲਡਰਾਂ ਕੋਲ ਤਾਂ ਬੰਦਾ ਫਸਦਾ ਸੁਣਿਆ, ਅਤੇ ਗੌਰਮੈਂਟ ਦੇ ਘਰ ਹੀ ਸਾਨੂੰ ਲੁੱਟਿਆ ਗਿਆ। ਸਾਡਾ ਕੀ ਕਸੂਰ ਸੀ ਕਿ ਸਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਅਸੀਂ ਗਲਤੀ ਕੀਤੀ ਹੈ ਜਿਹੜਾ ਇੰਪਰੂਵਮੈਂਟ ਟਰੱਸਟ ਦੇ ਵਿੱਚ ਅਸੀਂ ਪਲੋਟ ਲੈ ਲਿਆ? ਅਸੀਂ ਆਪਣੇ ਬੱਚਿਆਂ ਨੂੰ ਕਹਾਂਗੇ ਕਿ ਬੱਚਿਆਂ ਨੂੰ ਵੀ ਕਹਿ ਦਿਓ ਕਿ ਇੰਪਰੂਵਮੈਂਟ ਟਰੱਸਟ ਦੀ ਕਲੋਨੀ, ਇੰਪਰੂਵਮੈਂਟ ਟਰੱਸਟ 'ਤੇ ਕਦੀ ਵਿਸ਼ਵਾਸ ਨਾ ਕਰਿਓ, ਇੰਪਰੂਵਮੈਂਟ ਟਰੱਸਟ ਦੀ ਕਲੋਨੀ 'ਤੇ ਕਦੀ ਵਿਸ਼ਵਾਸ ਨਾ ਕਰਿਓ। ਇੱਥੇ ਪੈਸੇ ਦੇ ਕੇ ਵੀ ਧੱਕੇ ਖਾਣੇ ਪੈਂਦੇ ਆ ਆਪਣਾ ਘਰ ਵਸਾਉਣ ਲਈ, ਜਦਕਿ ਸਾਡੇ ਪ੍ਰਧਾਨ ਮੰਤਰੀ ਲੱਗੇ ਹੋਏ ਆ, ਸਾਡੇ ਮੁੱਖ ਮੰਤਰੀ, ਹਰੇਕ ਨੂੰ ਘਰ ਦਿੱਤਾ, ਹਰੇਕ ਨੂੰ ਘਰ, ਕਿ ਸਾਡਾ ਕੀ ਕਸੂਰ ਹੈ? ਜਿਹਨਾਂ ਨੇ ਪੈਸੇ ਦਿੱਤੇ ਹੋਏ ਆ, ਜਿਹੜੇ ਰਿਟਾਇਰਡ ਬੰਦੇ ਆ, ਉਹ ਕੀ ਉਮਰ ਦੇ ਐਸ ਪੜਾਅ ਦੇ 'ਚ ਆ ਕੇ ਮਕਾਨ ਦੇ ਆਪਣੇ ਪੈਸੇ ਦਾ ਮਕਾਨ ਲੈਣ ਧੱਕੇ ਖਾਣ? ਸਾਡੀ ਮੇਨ ਮੰਗ ਹੈ ਜੀ, ਇੱਥੇ ਸਾਨੂੰ 6 ਮਹੀਨੇ ਦੇ ਵਿੱਚ ਸਾਰੀ ਡਿਵੈਲਪਮੈਂਟ ਕਰਕੇ ਦੇਣ। 6 ਮਹੀਨੇ ਦਾ ਟਾਈਮ ਬਹੁਤ ਹੁੰਦਾ ਜੇ ਕੰਮ ਕਰਨਾ ਹੋਵੇ। ਉੱਥੇ ਜਦੋਂ ਜਾਓ ਉਹਨਾਂ ਦੀ ਕੁੰਦਾ, ਸਾਡੇ ਕੋਲ ਪੈਸਾ ਹੈ ਨਹੀਂ, ਸਾਡੇ ਕੋਲ ਪੈਸਾ ਨਹੀਂ। ਸਾਨੂੰ ਦੱਸਿਆ ਜਾਵੇ ਕਿ ਜਿਹੜਾ ਕਿਸ਼ਤਾਂ ਆ ਰਹੀਆਂ ਜਾਂ ਜਿਹੜੇ ਉਸ ਤੋਂ ਬਾਅਦ 2016 ਦੇ ਵਿੱਚ ਵੇਚੇ ਪਲੋਟ ਕਿਸ਼ਤਾਂ ਜਾ ਰਹੀਆਂ, ਉਹ ਕਿੱਥੇ ਪੈਸਾ ਜਾ ਰਿਹਾ? ਜਿਹੜਾ ਸਾਡੀ ਕਲੋਨੀ ਦਾ ਡਿਵੈਲਪਮੈਂਟ ਆ, ਉਹ ਕਿੱਥੇ ਡਾਇਵਰਟ ਹੋਇਆ ਪੈਸਾ? ਉਹ ਸਾਡੀ ਡਿਵੈਲਪਮੈਂਟ ਲਈ ਸੀ, ਸਾਡੀ ਕਲੋਨੀ ਲਈ ਸੀ ਪੈਸਾ। ਅਤੇ ਹੁਣ ਸਾਨੂੰ ਇੱਕੋ ਜਵਾਬ ਮਿਲਦਾ ਕਿ ਜੀ ਬਸ ਅਸੀਂ ਸਰਕਾਰ ਨੂੰ ਪੈਸੇ ਲਈ ਲਿਖਿਆ ਜੀ, ਅਸੀਂ ਮੰਗਾ ਰਹੇ ਹਾਂ ਜੀ, ਅਸੀਂ ਕਰ ਰਹੇ ਹਾਂ ਜੀ, ਝੂਠੇ ਲਾਰੇ ਦਿੱਤੇ ਜਾ ਰਹੇ ਸਾਨੂੰ। ਅਸੀਂ ਸਰਕਾਰ ਤੋਂ ਹੀ ਮੰਗ ਕਰਦੇ ਹਾਂ ਕਿ ਸਾਡਾ ਕੋਈ ਸੋਚੋ, ਬਜ਼ੁਰਗਾਂ ਦਾ ਸੋਚੋ ਕੁਝ, ਅਸੀਂ ਕੋਈ ਕਸੂਰ ਨਹੀਂ ਕੀਤਾ ਜੇ ਤੁਹਾਡੇ ਕਿਸੇ ਇੰਪਰੂਵਮੈਂਟ ਟਰੱਸਟ ਪਲੋਟ ਲੈ ਲਿਆ, ਅਤੇ ਸਾਡਾ ਹੁਣ ਕਲਿਆਣ ਕਰੋ, ਅਸੀਂ ਬਹੁਤ ਸਫ਼ਰ ਕਰ ਚੁੱਕੇ ਹਾਂ। ਨਹੀਂ ਤਾਂ ਜੇ 6 ਮਹੀਨੇ ਸਾਲ 'ਚ ਹੋਰ ਨਾ ਕੀਤਾ ਅਤੇ ਜੇ ਕੋਈ ਵੀ ਐਸੀ ਵੈਸੀ ਗੱਲ ਹੋ ਗਈ ਤਾਂ ਸਰਕਾਰ ਆਪ ਜ਼ਿੰਮੇਵਾਰ ਹੋਏਗੀ ਉਹਦੀ।
ਮੇਰਾ ਨਾਮ ਮਨੋਹਰ ਲਾਲ ਸਹਿਗਲ ਜੀ। ਸਾਡੀ ਸਮੱਸਿਆ ਹੈਗੀ ਹੈ ਕਿ 2011 ਵਿੱਚ ਜਲੰਧਰ ਇੰਪਰੂਵਮੈਂਟ ਟਰੱਸਟ ਨੇ ਸਕੀਮ ਕੱਢੀ ਸੀ ਜਿਹਦਾ ਨਾਮ ਸੀ ਸੂਰਿਆ ਗਲੀ ਐਕਸਟੈਂਸ਼ਨ 94.97 ਏਕੜ ਜੀ। ਸਮੱਸਿਆ ਸਾਨੂੰ ਇਹ ਆ ਰਹੀ ਹੈ ਕਿ 7 ਸਾਲ ਬੀਤਣ ਦੇ ਬਾਵਜੂਦ ਵੀ ਇੱਥੇ ਬੇਸਿਕ ਅਮਿਨਿਟੀਜ਼ ਨਹੀਂ ਪ੍ਰੋਵਾਈਡ ਕਰ ਸਕੀ ਜਲੰਧਰ ਇੰਪਰੂਵਮੈਂਟ ਟਰੱਸਟ ਜੀ, ਜਿਵੇਂ ਕਿ ਸੀਵਰੇਜ ਦੀ ਸਪਲਾਈ, ਵਾਟਰ ਸਪਲਾਈ ਔਰ ਬਿਜਲੀ ਇਲੈਕਟ੍ਰੀਕਲ ਸਪਲਾਈ ਜੀ। ਸਾਡੀ ਇਹੋ ਮੰਗ ਹੈਗੀ ਸਰਕਾਰ ਕੋਲ ਕਿ ਅਸੀਂ ਸਾਨੂੰ ਫੁੱਲੀ ਡਿਵੈਲਪਮੈਂਟ ਜਲਦੀ ਕੀਤੀ ਜਾਵੇ, ਸੀਵਰੇਜ ਪਾਈਪਾਂ ਪਾਈਆਂ ਜਾਣ ਕੰਪਲੀਟਲੀ, ਵਾਟਰ ਸਪਲਾਈ ਦੀਆਂ ਪਾਈਪਾਂ ਪਾਈਆਂ ਜਾਣ ਜੀ, ਅਤੇ ਬਿਜਲੀ ਦੇ ਮਤਲਬ ਕਿ ਅੰਡਰਗਰਾਊਂਡ ਵਾਇਰਿੰਗ ਸਾਰੀਆਂ ਕੀਤੀਆਂ ਜਾਣ ਜੀ। ਸਾਨੂੰ ਨਵੀਂ ਸਰਕਾਰ ਬਣੀ ਸੀ ਅੱਜ ਤੋਂ 1 ਸਾਲ ਪਹਿਲਾਂ, ਅਸੀਂ ਲੋਕਲ ਬਾਡੀ ਮਿਨਿਸਟਰ ਨਵਜੋਤ ਸਿੰਘ ਸਿੱਧੂ ਨੂੰ ਚੰਡੀਗੜ੍ਹ ਮਿਲਣ ਗਏ ਸੀ ਮਿਊਂਸੀਪਲ ਭਵਨ ਚੰਡੀਗੜ੍ਹ ਦੇ ਵਿੱਚ ਜੀ। ਸਾਨੂੰ ਉਹਨਾਂ ਨੇ ਵਿਸ਼ਵਾਸ ਦਵਾਇਆ ਸੀ ਕਿ 1 ਸਾਲ 'ਚ ਕੰਮ ਪੂਰਾ ਹੋ ਜਾਏਗਾ। ਅੱਜ 1 ਸਾਲ ਬੀਤ ਗਿਆ, ਕੰਮ ਤੇਜ਼ ਰਫ਼ਤਾਰ ਨਾਲ ਨਹੀਂ ਹੁੰਦਾ ਪਿਆ ਹੈਗਾ।